ਮਿੰਟੂ ਜੀ, ਆਪਾਂ ਅਗਲੀ ਖਬਰ ਵੱਲ ਨੂੰ ਵੀ ਚੱਲੀਏ। ਬੜੀ ਅਹਿਮ ਖਬਰ ਆ ਵੀ SIT ਦੀ ਰਿਪੋਰਟ ਤੋਂ ਬਾਅਦ ਪੰਜਾਬ ਪੁਲਿਸ ਨੂੰ, ਪੰਜਾਬ ਪ੍ਰਸ਼ਾਸਨ ਨੂੰ, ਪੰਜਾਬ ਸਰਕਾਰ ਨੂੰ ਵੀ ਕਾਫੀ ਵਿਪਤਾ ਪਈ ਹੋਈ ਹੈ ਤੇ ਨਾਲ ਰਾਜਸਥਾਨ ਵਾਲੇ ਨੂੰ ਪਈ ਹੋਈ ਹੈ। ਪਰ ਕਿਤੇ ਨਾ ਕਿਤੇ ਇੱਕ ਸਵਾਲ ਉੱਠਦਾ ਹੈ ਜੀ ਕਿ ਹੁਣ ਆਪਾਂ ਵੀ ਪ੍ਰੋਗਰਾਮ ਕਰਦੇ ਹਾਂ ਤੇ ਆਪਾਂ ਨੂੰ ਪਤਾ ਕਿੰਨਾ ਸਮਾਨ ਚਾਹੀਦਾ, ਕਿੰਨੀਆਂ ਚੀਜ਼ਾਂ ਚਾਹੀਦੀਆਂ ਨੇ। ਜੇਲ੍ਹ ਦੇ ਵਿੱਚ ਇੰਟਰਵਿਊ ਹੁੰਦੀ ਹੈ ਉਦੋਂ ਵੀ ਤਾਂ ਕਈ ਸਾਰੀਆਂ ਚੀਜ਼ਾਂ ਚਾਹੀਦੀਆਂ ਹੋਣਗੀਆਂ, ਪਰ ਇਹ ਕਿਉਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ? ਇਹਦੇ ਪਿੱਛੇ ਕੋਈ ਲਾਲਚ ਹੁੰਦਾ, ਕੋਈ ਸਹੂਲਤ ਦਾ ਲਾਲਚ ਹੁੰਦਾ, ਕੀ ਚੱਕਰ ਹੁੰਦਾ ਜੀ? ਇੱਦਾਂ ਕਿਵੇਂ ਇੰਨੀਆਂ ਚੀਜ਼ਾਂ ਪ੍ਰੋਵਾਈਡ ਹੋ ਜਾਂਦੀਆਂ ਨੇ? ਜੀ ਜੀ ਦੇਖੋ, ਗੱਲ ਇਹ ਆ ਸੁਖਮ ਸਾਹਿਬ ਕਿ ਜਿਹੜਾ ਪੈਸਾ ਹੈ ਨਾ, ਪੈਸਾ ਇਨਸਾਨ ਦੀ ਕਮਜ਼ੋਰੀ ਹੈ ਜੀ। ਜ਼ਰੂਰਤ ਆਪਣੀ ਥਾਂ 'ਤੇ ਆ, ਜਦੋਂ ਕਮਜ਼ੋਰੀ ਬਣ ਜਾਂਦੀ ਹੈ ਜੀ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਇਨਸਾਨ ਉਹਦੀ ਗਿਰਨ ਦੀ ਫਿਰ ਕੋਈ ਹੱਦ ਨਹੀਂ ਹੁੰਦੀ, ਉਹ ਪਤਾ ਨਹੀਂ ਕਿੰਨਾ ਕੁ ਗਿਰ ਸਕਦਾ ਹੈ ਜੀ। ਦੇਖੋ, ਪੁਲਿਸ ਮਹਿਕਮੇ ਦੇ ਵਿੱਚ ਬੜੇ ਕਾਬਲ, ਬੜੇ ਇਮਾਨਦਾਰ ਵਿਅਕਤੀ ਕੰਮ ਕਰਦੇ ਆ, ਅਫਸਰ ਕੰਮ ਕਰਦੇ, ਕਰਮਚਾਰੀ ਕੰਮ ਕਰਦੇ ਆ, ਪਰ ਉਹ ਕੀ ਆ ਕਿ ਜਦੋਂ ਕੋਈ ਬਲੈਕ ਸ਼ੀਪ ਆਪਣਾ ਇਸ ਤਰ੍ਹਾਂ ਦਾ ਕੰਮ ਕਰ ਜਾਂਦੀ ਹੈ, ਉਹ ਸਾਰਾ ਮਹਿਕਮਾ ਹੀ ਡੀਮੋਰਲਾਈਜ਼ ਹੁੰਦਾ ਹੈ ਨਾ ਜੀ। ਬਿਲਕੁਲ, ਇਹ ਇੰਟਰਵਿਊ ਦਾ ਚੱਕਰ ਹੈ ਜਿਹੜਾ। ਹੁਣ ਉਹਦੇ 'ਚ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਹੈ ਕਿ ਇੱਕ ਅਖਬਾਰ ਨੇ ਦਾਅਵਾ ਕੀਤਾ ਕੱਲ੍ਹ ਜੀ, ਜੇ ਉਹ ਸੱਚ ਆ ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਪੁਲਿਸ ਤਾਂ ਛੱਡੋ ਕਿ ਸਰਕਾਰ ਨੂੰ ਵੀ ਮੂੰਹ ਲੁਕਾਉਣਾ ਔਖਾ ਹੋ ਜਾਣਾ। ਖੁਲਾਸਾ ਇਹ ਆ ਕਿ ਅਸਲ ਦੇ ਵਿੱਚ ਜਿਹੜੀ CIA ਸਟਾਫ ਖੜ ਦੇ ਵਿੱਚ ਇੰਟਰਵਿਊ ਰਿਕਾਰਡ ਹੋਈ ਉਹ ਸਤੰਬਰ 'ਚ ਹੋਈ ਜੀ। ਦੂਜਾ ਜਾਂਚ ਪੜਤਾਲ ਦਾ ਇਹ ਖੁਲਾਸਾ ਹੈ ਕਿ ਅਸਲ ਦੇ ਵਿੱਚ 5 ਬੰਦਿਆਂ 'ਤੇ ਪਰਚਾ ਦਰਜ ਹੋਇਆ ਉਸ ਕੇਸ ਦੇ ਜੀ। ਵਿੱਚ ਹੁਣ ਉੱਦਾਂ ਤਾਂ DGP ਸਾਹਿਬ ਤੁਹਾਨੂੰ ਪਤਾ ਹੀ ਹੈ, ਵੱਖ ਵੱਖ ਗ੍ਰਿਫਤਾਰੀਆਂ 'ਤੇ, ਵੱਖ ਵੱਖ ਪੁਲਿਸ ਦੇ ਮਾਰਕਿਆਂ 'ਤੇ ਉਹ ਟਵੀਟ ਕਰ ਦਿੰਦੇ ਆ ਜੀ। ਇਸ ਸੰਦਰਭ 'ਚ ਇਹ ਜਾਣਕਾਰੀ ਨਹੀਂ ਦੇ ਰਹੇ, ਪੁਲਿਸ ਇਸ ਗੱਲ ਨੂੰ ਲੁਕਾ ਰਹੀ ਆ ਜੀ। ਪਰ ਜਿੰਨੀ ਕੁ ਜਾਣਕਾਰੀ ਆ, ਕਹਿੰਦੇ ਆ ਕਿ ਜਿਹੜਾ ਸਾਈਬਰ ਕ੍ਰਾਈਮ ਥਾਣਾ ਮੋਹਾਲੀ ਦੇ ਵਿੱਚ, ਉੱਥੇ FIR ਜਿਹੜੀ ਆ ਉਹ ਕੱਟੀ ਗਈ ਆ। ਇਹਦੇ 'ਚ 5 ਪੁਲਿਸ ਅਫਸਰ ਨੇ ਜੀ। ਹੁਣ ਉਹਦੇ 'ਚ ਇੱਕ SP ਦਾ ਜ਼ਿਕਰ ਆ ਰਿਹਾ, ਇੱਕ DSP ਦਾ, ਇੱਕ ਇੰਚਾਰਜ ਦਾ ਜੀ। ਤਾਂ ਮਤਲਬ ਇਹ ਆ ਕਿ 3 ਇਹ ਹੋ ਗਏ ਵੱਡੇ, ਅਤੇ 2 ਕੋਈ ਹੋਰ ਲਾ ਲਓ। ਹੁਣ ਉਸੇ ਅਖਬਾਰ ਨੇ ਅੱਗੇ ਜਾ ਕੇ ਇਹ ਗੱਲ ਆਖੀ ਆ ਕਿ ਬਈ ਜਦੋਂ ਇਹ ਸਾਰਾ ਕੁਛ ਹੋ ਰਿਹਾ ਸੀਗਾ, ਦਿੱਲੀ ਤੋਂ ਮਤਲਬ ਕਿ ਲਿਆਂਦਾ ਜਾ ਰਿਹਾ ਸੀਗਾ ਲੋਰੈਂਸ ਨੂੰ ਵਗੈਰਾ ਵਗੈਰਾ ਜੀ, ਕਿਉਂਕਿ ਸਤੰਬਰ 22 ਉਦੋਂ ਚਲੇ ਜਾਓ ਨਾ, ਉਸ ਕਾਲਖੰਡ 'ਚ ਜਾਣਾ ਪਵੇਗਾ ਤੁਹਾਨੂੰ। ਕਹਿੰਦੇ ਕਿ ਉਸ ਵੇਲੇ ਇੱਕ ਤਾਂ ਲੋਰੈਂਸ ਨੇ ਚੰਗਾ ਪੈਸਾ ਖਾਣ ਪੀਣ 'ਤੇ ਖਰਚ ਕੀਤਾ ਜੀ, ਅਖਬਾਰ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਕਿ ਮਹਿੰਗੀ ਸ਼ਰਾਬ ਪਿਆਈ ਗਈ ਆ ਰਸਤੇ 'ਚ ਜੀ। ਦੂਜੀ ਗੱਲ ਇਹ ਆ ਕਿ ਫਿਰ ਸ਼ੋਪਿੰਗ ਹੋਈ ਆ ਲੋਰੈਂਸ ਵਾਸਤੇ ਵੀ, ਅਤੇ ਖੁਦ ਪੁਲਿਸ ਵਾਲਿਆਂ ਨੂੰ ਵੀ ਉਹ ਫੁੱਸਫੁੱਸ ਜਿਹਾ ਲਾਉਂਦੇ ਆ ਜਿਹੜਾ ਆਪਾਂ ਜੀ ਜੀ ਪਰਫਿਊਮ ਵਗੈਰਾ ਅਤੇ ਮਹਿੰਗੇ ਇਸ ਤਰ੍ਹਾਂ ਦੇ ਕੱਪੜੇ ਵੀ ਦਿੱਤੇ ਗਏ, ਕੁੱਲ ਮਿਲਾ ਕੇ ਫੈਸਿਲਿਟੀਜ਼ ਪੂਰੀਆਂ ਮਿਲੀਆਂ। ਉਹ ਤੋਂ ਬਾਅਦ ਕੀ ਹੋਇਆ ਕਿ ਜੋ ਮਤਲਬ ਕਿ ਹੁਣ ਜਾਣਕਾਰੀ ਨਿਕਲ ਰਹੀ ਆ ਕਿ ਉਸ ਤੋਂ ਬਾਅਦ ਫਿਰ ਇੱਕ ਫੋਨ ਜਿਹੜਾ ਹੈ ਨਾ ਪ੍ਰੋਵਾਈਡ ਕਰਵਾਇਆ ਗਿਆ ਜੀ। ਮਤਲਬ ਕਿ ਹੁਣ ਜ਼ਰਾ ਜੀ ਗੱਲ ਆ ਕਿ ਜੇ ਤੁਸੀਂ ਕੋਈ ਘੰਟਾ ਡੇਢ ਘੰਟਾ ਰਿਕਾਰਡਿੰਗ ਕਰਨੀ ਆ ਜੀ, ਤਾਂ ਫੋਨ ਇੰਟਰਨੈਟ ਸਭ ਕੁਝ ਤੁਹਾਨੂੰ ਪਾਏਦਾਰ ਚਾਹੀਦਾ। ਹੁਣ ਇੱਥੇ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸ ਦਿੰਦਾ ਕਿ ਬਈ ਜੇਲ੍ਹ ਦੇ ਵਿੱਚ ਤਾਂ ਫਿਰ ਵੀ ਆਪਾਂ ਕਹਿ ਸਕਦੇ ਹਾਂ ਕਿ ਮੋਬਾਈਲ ਚਲੇ ਜਾਂਦੇ ਆ ਜਾਂ ਭੇਜੇ ਜਾਂਦੇ ਆ ਜਾਂ ਦੇ ਦਿੱਤੇ ਜਾਂਦੇ ਆ ਜੀ, ਉੱਥੇ ਸੌਖਾ ਹੈ।
ਇੰਨੀ ਕਸਟਡੀ 'ਚ ਜਦੋਂ ਪੁਲਿਸ ਲੱਗੀ ਆ ਬੁਰੇ ਹਾਲ ਆ, ਜਿੱਥੇ ਮਤਲਬ ਕਿ ਆਮ ਬੰਦਾ ਜਿਹੜਾ ਆ ਉਹ ਉੱਥੇ ਨੇੜੇ ਤੇੜੇ ਵੀ ਨਹੀਂ ਫਟਕ ਸਕਦਾ, ਉਹ ਥਾਣੇ 'ਚ ਫੋਨ ਫੜਾਉਣਾ ਬਹੁਤ ਔਖਾ ਹੈ, ਬਹੁਤ, ਕਿਉਂਕਿ ਇਹ ਕੋਈ ਆਮ ਲੜਾਈ ਝਗੜੇ ਵਾਲਾ ਕੇਸ ਤਾਂ ਹੁੰਦਾ ਨਹੀਂ ਹੈ ਜੀ, ਕਿ ਪਿੱਛੇ ਪੰਚਾਇਤ ਚਲੇ ਗਈ ਉਹਦੇ 'ਚੋਂ ਕਿਸੇ ਨੇ ਫੜਾਤਾ ਕੋਈ ਸਮਾਨ, ਉੱਥੇ ਤਾਂ ਕਿਸੇ ਮੁਲਾਕਾਤੀ ਨੂੰ ਜਾਣਦਾ ਨਹੀਂ, ਹਾਂ ਬਿਲਕੁਲ, ਪਰ ਇੱਥੇ ਇੱਕ ਚੀਜ਼ ਹੋਰ ਦੱਸੀ ਜਾ ਰਹੀ ਆ ਕਿ ਅਸਲ ਦੇ ਵਿੱਚ ਇਹਨਾਂ ਨੇ ਉੱਥੇ ਮੁਲਾਕਾਤਾਂ ਵੀ ਕਰਵਾਈਆਂ, 5-6 ਬੰਦੇ ਮਿਲ ਕੇ ਵੀ ਆਏ ਆ, ਇਹ ਵੀ ਇੱਕ ਬੜੀ ਵੱਡੀ ਗੱਲ ਹੈ, ਨਵਾਂ ਨਵਾਂ ਕੁਛ ਨਿਕਲਦਾ ਰੋਜ਼, ਹੈ ਨਾ। ਹਾਂਜੀ, ਉਹੀ ਮੈਂ ਕਹਿ ਰਿਹਾ ਨਾ ਕਿ ਪੁਲਿਸ ਤਾਂ ਹੁਣ ਇਸ ਮਾਮਲੇ ਦੇ ਵਿੱਚ ਹੈਗੀ ਆ ਖਾਮੋਸ਼ ਜੀ, ਨਮੋਸ਼ ਵੀ ਆ, ਖਾਮੋਸ਼ ਵੀ ਹੈ, ਉੱਥੇ ਚੁੱਪ ਕਰਕੇ ਬੈਠ ਗਏ ਨਹੀਂ ਕੋਈ, ਪਰ ਕਿੱਥੋਂ ਇਹ ਸਾਰਾ ਕੁਛ ਜਿਹੜਾ ਹੈ ਨਾ ਉਹ ਅਖਬਾਰ ਨੇ ਲਿਖਿਆ, ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ, ਮੈਂ ਤਾਂ ਤੁਹਾਨੂੰ ਹਾਲਾਤ ਦੱਸ ਦਿੱਤੇ ਆ ਕਿ ਹਵਾਲਾਤ ਦੇ ਵਿੱਚ ਮੋਬਾਈਲ ਲਿਜਾਣਾ ਬਹੁਤ ਮੁਸ਼ਕਲ ਹੈ, ਫਿਰ ਲਿਜਾਓਗੇ ਤਾਂ ਵਰਤੋਂਗੇ ਕਿਵੇਂ ਜੀ, ਵਰਤੋਗੇ ਕਿੱਦਾਂ, ਬਿਲਕੁਲ, ਕਿਉਂਕਿ ਸਾਹਮਣੇ ਰੱਖ ਕੇ ਇੰਟਰਵਿਊ ਹੋਣੀ ਆ, ਇਹ ਤਾਂ ਹੈ ਨਹੀਂ ਗਾ ਕਿ ਕਿਸੇ ਗੁੱਠ 'ਚ ਰੱਖ ਲਓਗੇ ਤਾਂ ਇੰਟਰਵਿਊ ਹੋ ਜਾਏਗਾ ਜੀ, ਤਾਂ ਉਹ ਇੰਟਰਵਿਊ ਤੁਸੀਂ ਦੇਖਿਆ ਹੀ ਹੈ ਨਾ ਕਿ ਉਹਦਾ ਜਿਹੜਾ ਕੈਮਰਾ ਫਰੇਮ ਹੈ ਬਿਲਕੁਲ ਸਾਹਮਣੇ, ਬਿਲਕੁਲ ਫਰੰਟ ਤੋਂ ਆ, ਪਿੱਛੋਂ ਬੈਕ ਤੋਂ ਜੇ ਤੁਸੀਂ ਦੇਖੋਗੇ ਤਾਂ ਉਹ ਦੇਖ ਵੀ ਰਹੀਆਂ ਨੇ ਦੀਵਾਰਾਂ ਵਗੈਰਾ ਜੀ ਜੀ, ਤਾਂ ਹੁਣ ਇਹੀ ਸਾਰਾ ਕੁਛ ਆ ਜਿਹੜਾ ਬਈ ਇਹਨਾਂ ਵਾਸਤੇ ਨਮੋਸ਼ੀ ਜਨਕ ਆ, ਹੁਣ ਪਰਚਾ ਦਰਜ ਕਰ ਲਿਆ ਪਰ ਪਰਚੇ ਦੀ ਵੀ ਇਹ ਜਾਣਕਾਰੀ ਬਾਹਰ ਨਹੀਂ ਕੱਢ ਰਹੇ ਜੀ, ਉਹਨਾਂ ਨੂੰ ਇੱਧਰ ਉੱਧਰ ਕਰ ਦਿੱਤਾ ਹੁਣ ਅਫਸਰਾਂ ਨੂੰ, ਬਿਲਕੁਲ, ਪਰ ਇਹ ਬਹੁਤ ਖਤਰਨਾਕ ਗੱਲ ਹੈ ਜੀ, ਕਿ ਜੇ ਮੰਨ ਲਓ ਹੁਣ ਆਪਾਂ ਦੇਖੀਏ ਤੇ ਜੇ ਐਸ ਪੀ ਰੈਂਕ ਦਾ ਬੰਦਾ, ਡੀ ਐਸ ਪੀ ਰੈਂਕ ਦਾ ਬੰਦਾ ਜੀ, ਤੇ ਇੰਚਾਰਜ ਇਹ ਜੇ ਇਸ ਪੱਧਰ ਤੱਕ ਚਲੇ ਗਏ ਨੇ ਜੀ, ਤਾਂ ਫਿਰ ਤਾਂ ਬਹੁਤ ਬਹੁਤ ਚਿੰਤਾਜਨਕ ਗੱਲ ਹੈ ਬੜੀ, ਕੋਈ ਮੰਨ ਲਓ ਵੀ ਇਹਨਾਂ ਨਾਲੋਂ ਜ਼ਿਆਦਾ ਪੈਸੇ ਦੇ ਕੇ ਤੇ ਫਿਰ ਦੂਜੀ ਧਿਰ ਕੋਈ ਹਮਲਾ ਵੀ ਕਰ ਸਕਦੀ ਹੈ ਜਾਂ ਕੋਈ ਅੱਗੇ ਭੱਜ ਹੀ ਗਿਆ, ਉਸ ਇੰਚਾਰਜ 'ਤੇ ਵੀ ਤਾਂ ਆਹੀ ਉਹ ਦੋਸ਼ ਸਨ ਕਿ ਉਹਨੂੰ ਸ਼ੋਪਿੰਗ ਕਰਵਾਈ ਗਈ ਆ ਉਹਨੂੰ, ਹਾਂਜੀ, ਕਲੱਬ 'ਚ ਲਗਾਏ ਨੇ ਉਹ ਜੀ, ਫਿਲਮ ਵੀ ਵਿਖਾਈ ਆ, ਸ਼ੋਪਿੰਗ ਕਰਵਾਈ ਆ, ਮਤਲਬ ਕਿ ਯਾਰ ਇਹ ਐਡੀ ਤਗੜੀ ਕਿਸੇ ਦੀ ਕੋਈ ਰੈਂਕ ਹੋਵੇ, ਕੋਈ ਕੁਰਸੀ ਹੋਵੇ, ਤਾਂ ਇਸ ਤਰ੍ਹਾਂ ਇੱਕ ਇਹੋ ਜਿਹੇ ਬੰਦੇ ਦੇ ਨਾਲ ਆ ਤੁਸੀਂ ਹੱਥਾਂ 'ਚ ਖੇਡੀ ਜਾਓ ਅਗਲੇ, ਤਾਂ ਬਹੁਤ ਖਤਰਨਾਕ ਹੈ, ਵੈਸੇ ਬਹੁਤ ਖਤਰਨਾਕ ਹੈ ਮਾਮਲਾ, ਬਿਲਕੁਲ, ਅਤੇ ਇਹ ਹੁਣ ਪੰਜਾਬ ਸਰਕਾਰ ਥੋੜ੍ਹਾ ਢੱਕ ਕੇ ਚੱਲ ਰਹੀ ਆ ਕਿ ਬਹੁਤੀਆਂ ਗੱਲਾਂ ਬਾਹਰ ਨਾ ਨਿਕਲ ਜੀ, ਹੁਣ ਤਾਂ ਮਾਨ ਸਾਹਿਬ ਨੂੰ ਕਹਿ ਰਿਹਾ ਵੀ ਭਾਈ ਤੁਸੀਂ ਹਟੋ ਵੀ ਪਾਸੇ, ਐਡੇ ਵੱਡੇ ਵੱਡੇ ਮਾਮਲੇ ਹੋ ਰਹੇ, ਮਜੀਠੀਆ ਸਾਹਿਬ ਨੇ ਵੀ ਗੱਲ ਕੀਤੀ ਕਿ ਸੰਭਲ ਨਹੀਂ ਰਿਹਾ ਤੁਹਾਡੇ ਤੋਂ ਕੁਛ, ਹੈ ਨਾ, ਕਾਲੋ ਸਾਹਿਬ ਕਹਿ ਰਹੇ ਨੇ ਕਿ ਲਾਰੈਂਸ ਨੇ ਅੱਜ 10 ਸਾਲ ਪਹਿਲਾਂ ਵੀ ਕਿਸੇ ਤਰੀਕ 'ਤੇ ਜਾਂਦੇ ਹੋਏ ਕਿਸੇ ਢਾਬੇ ਦੇ ਉੱਪਰ ਕਿਸੇ ਮਿਨਿਸਟਰ ਨੂੰ ਮਿਲੇ ਸੀ, ਉਦੋਂ ਵੀ ਰੌਲਾ ਪੈ ਗਿਆ ਸੀ ਇਹਨਾਂ ਦਾ, ਮੈਨੂੰ ਪਤਾ ਨਹੀਂ ਹੈ, ਤੇ ਲਾਰੈਂਸ ਢਾਬੇ ਤੋਂ ਭੱਜਾ ਵੀ ਆ, ਇੱਕ ਵਾਰੀ ਬਨੂੜ ਦੇ ਲਾਗੇ ਭੱਜ ਵੀ ਗਿਆ ਸੀਗਾ, ਦੂਜੀ ਗੱਲ ਇਹ ਆ ਕਿ ਲਾਰੈਂਸ ਨੇ ਜਿਹੜੀ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀ ਜੀ, ਉਹ ਸਭ ਤੋਂ ਪਹਿਲਾਂ ਇਸ ਤਰ੍ਹਾਂ ਹੀ ਹਿਰਾਸਤ ਦੇ ਵਿੱਚ ਹੀ ਦਿੱਤੀ ਸੀ, ਉਸ ਵੇਲੇ ਵੀ ਕੈਮਰੇ ਕੋਲ ਚਲੇ ਗਏ ਸਨ, ਪੱਤਰਕਾਰ ਚਲੇ ਗਏ ਸਨ, ਅਤੇ ਸਲਮਾਨ ਨੂੰ ਜਿਹੜੀ ਪਹਿਲੀ ਧਮਕੀ ਦਿੱਤੀ ਸੀ ਰਾਜਸਥਾਨ ਤੋਂ ਦਿੱਤੀ ਸੀ ਜੀ, ਇਹ ਵੀ ਚੀਜ਼ਾਂ ਹੈਗੀਆਂ ਨੇ, ਬਾਕੀ ਪਤਾ ਨਹੀਂ ਕਿਸੇ ਮਿਨਿਸਟਰ ਨਾਲ ਕੋਈ ਗੱਲਬਾਤ ਹੋਈ ਹੈ ਉਹਦੇ ਬਾਰੇ ਮੈਂ ਪੁਸ਼ਟੀ ਨਹੀਂ ਕਰ ਜੀ, ਕਈ ਦੋਸਤ ਗੱਲ ਕਰ ਰਹੇ ਨੇ, ਕੁਲਵੰਤ ਜੀ ਕਹਿ ਰਹੇ ਨੇ ਕਿ ਵੈਸੇ ਪੁਲਿਸ ਵਾਲੇ ਆਪਣੇ ਪੱਧਰ 'ਤੇ ਕਾਰਵਾਈ ਨਹੀਂ ਕਰ ਸਕਦੇ, ਜੱਟ ਔਨ ਫਾਇਰ ਜੀ ਕਹਿ ਰਹੇ ਨੇ ਕਿ ਲਾਰੈਂਸ ਫਿਰ ਤਾਂ ਪਿਕਨਿਕ 'ਤੇ ਆਇਆ ਹੋਇਆ ਸਮਝੋ, ਹੁਣ ਤੁਸੀਂ ਦੇਖੋ ਕਿ ਐਸ ਪੀ ਹੈ ਜਾਂ ਡੀ ਐਸ ਪੀ ਤੁਹਾਡਾ ਜੀ, ਹੁਣ ਐਦੋਂ ਵੱਡਾ ਅਫਸਰ ਕੀ ਹੁੰਦਾ, ਸਾਰਾ ਜਿੰਮਾ ਤੇ, ਹੁਣ ਮੰਨ ਲਓ ਉੱਥੇ ਸਿਕਿਉਰਿਟੀ ਦੇ ਬੰਦੋਬਸਤ ਆ ਜਾਂ ਹਿਰਾਸਤ ਨੂੰ ਪੁਖਤਾ ਰੱਖਣਾ ਹੈ, ਉਹਦੀ ਜ਼ਿੰਮੇਵਾਰੀ ਐਸ ਪੀ ਰੈਂਕ ਦੀ, ਹੁਣ ਡੀ ਜੀ ਪੀ ਥੋੜ੍ਹੀ ਆ ਕੇ ਉੱਥੇ ਥਾਣੇ ਦੀ ਰੱਖਿਆ ਕਰੇ, ਬਿਲਕੁਲ, ਉਹ ਤਾਂ ਨਿਗਰਾਨੀ ਉੱਤੋਂ ਕਰ ਰਹੇ ਆ ਨਾ ਜੀ, ਪਰ ਐਸ ਪੀ ਰੈਂਕ
ਮੇਰੀ ਜੱਜ ਚ ਤਾਂ ਬਹੁਤ ਵੱਡਾ ਰੈਂਕ ਬਿਲਕੁਲ ਬਹੁਤ ਵੱਡਾ ਰੈਂਕ ਹੈ ਜੀ। ਕਾਲੂ ਸਾਹਿਬ ਕਹਿ ਰਹੇ ਨੇ ਕਿ ਕੰਮ ਕੋਈ ਸਰਕਾਰ ਕਰਵਾ ਜਾਂਦੀ ਹੈ ਅਤੇ ਪੁਲਿਸ ਵਾਲੇ ਫਸ ਜਾਣੇ ਵਿਚਾਰੇ। ਦੇਖੋ ਜੀ ਸਾਰੀਆਂ ਆਪਾਂ ਨੂੰ ਜਿਵੇਂ ਤੁਹਾਡੀਆਂ ਗੱਲਾਂ ਤੋਂ ਤਾਂ ਇਹ ਚੀਜ਼ ਲੱਗ ਹੀ ਰਹੀ ਹੈ ਕਿ ਬਿਨਾਂ ਕਿਸੇ ਦੀ ਹੈਲਪ ਤੋਂ ਬਿਨਾਂ ਕਿਸੇ ਦੀ ਮਦਦ ਤੋਂ ਇਹ ਚੀਜ਼ਾਂ ਪੋਸੀਬਲ ਹੈ ਹੀ ਨਹੀਂ। ਨਹੀਂ ਨਹੀਂ ਬਿਲਕੁਲ, ਉਹ ਚਾਹੇ ਕੋਈ ਵੀ ਮੁਹੱਈਆ ਕਰਵਾਉਂਦਾ ਜੀ, ਪਰ ਮਿਲੀ ਭਗਤ ਤੋਂ ਬਗੈਰ ਇਹ ਸੰਭਵ ਆ ਜੀ। ਜੀ ਤੁਸੀਂ ਇਹ ਦੇਖੋ ਨਾ ਕਿ ਥਾਣੇ ਦੇ ਵਿੱਚ ਜਦੋਂ ਬੰਦੇ ਨੂੰ ਵਾੜਿਆ ਜਾਂਦਾ ਨਾ, ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਚੀਜ਼ਾਂ ਨਾ ਉਹ ਪਰਦੇ ਵਾਲੀਆਂ ਵੀ ਦੱਸ ਦਿੰਦਾ ਜੀ, ਕਿ ਜਦੋਂ ਕਿਸੇ ਬੰਦੇ ਨੂੰ ਅੰਦਰ ਵਾੜਦੇ ਆ ਜੀ, ਈਵਨ ਦੈਟ ਕਿ ਜੇ ਉਹਦੇ ਕੋਲ ਕੋਈ ਲੰਮਾ ਪਰਨਾ ਹੈ, ਸਿਰ 'ਤੇ ਪੱਗ ਹੈ, ਤਾਂ ਉਹ ਵੀ ਬਾਹਰ ਲੁਹਾ ਲਈ ਜਾਂਦੀ ਹੈ ਕਿ ਅੰਦਰ ਕੋਈ ਫਾਹ ਵਗੈਰਾ ਨਾ ਲੈ ਜਾਵੇ। ਠੀਕ ਹੈ ਸਰ, ਇੱਥੋਂ ਤੱਕ ਕਿ ਕੋਈ ਬੰਦਾ ਮਾਚਿਸ ਨਹੀਂ ਅੰਦਰ ਲਿਜਾ ਸਕਦਾ, ਕਿਉਂਕਿ ਉਹਦੀ ਇੱਕ ਤਲਾਸ਼ੀ ਹੁੰਦੀ ਹੈ ਪਹਿਲਾਂ ਅੰਦਰ ਵਾੜਨ ਤੋਂ ਪਹਿਲਾਂ, ਬੜੀ ਬਰੀਕੀ ਦੇ ਨਾਲ ਜਿਹੜਾ ਸੰਤਰੀ ਹੁੰਦਾ ਹੈ ਜੀ, ਸੰਤਰੀ ਆਪ ਚੈਕਿੰਗ ਕਰਦਾ ਹੈ ਕਿ ਕੱਲ੍ਹ ਨੂੰ ਕੋਈ ਮੰਨ ਲਓ ਹਵਾਲਾਤ ਦੇ ਵਿੱਚ ਕੋਈ ਅਭਿਨਬੀ ਹੋ ਗਈ ਅਤੇ ਸਭ ਤੋਂ ਪਹਿਲੀ ਗਾਜ ਮੇਰੇ 'ਤੇ ਡਿੱਗਣੀ। ਬਿਲਕੁਲ ਜੀ, ਸੋ ਇਹ ਸੰਭਵ ਹੀ ਨਹੀਂ ਹੈ। ਜਿਹੜੇ ਵੀ ਬੰਦੇ ਪੁਲਿਸ ਨਾਲ ਜੁੜੇ ਆ, ਜਾਂ ਕਹਿ ਲਓ ਕਿ ਜਿਨ੍ਹਾਂ ਨੂੰ ਪੁਲਿਸ ਫੜਦੀ ਹੈ, ਚਾਹੇ ਉਸ ਮਹਿਕਮੇ ਨਾਲ ਜੁੜੇ ਵੀ ਮਹਿਕਮਾ ਹੀ ਹੈ, ਉਹਨਾਂ ਨੂੰ ਪਤਾ ਹੈ ਕਿ ਇੱਕ ਬਹੁਤ ਬਰੀਕੀ ਨਾਲ ਤਲਾਸ਼ੀ ਕਰਕੇ ਬੰਦਾ ਹਵਾਲਾਤ 'ਚ ਵੜਿਆ ਜਾਂਦਾ, ਇਹ ਸੰਭਵ ਨਹੀਂ ਹੈ ਜੀ।